ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਦਿੱਲੀ ਵਿਖੇ ਢਾਏ ਗਏ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਲੈ ਕੇ ਰੋਸ ਦੀ ਅੱਗ ਗੁਰਾਇਆ ਵੀ ਦੇਖਣ ਨੂੰ ਮਿਲੀ। ਗੁਰਾਇਆ ਵਿਖੇ ਅੱਜ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਸਮੂਹ ਔਰਤਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਔਰਤਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਹ ਦਲਿਤ ਵਰਗ ਦੀਆਂ ਭਾਵਨਾਵਾਂ ਨਾਲ ਹੋਰ ਖਿਲਵਾੜ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਇਹ ਰੋਸ ਮਾਰਚ ਸਵੇਰੇ 9 ਵਜੇ ਤੋਂ ਕੱਢਿਆ ਗਿਆ, ਜਿਸ ਕਰਕੇ ਅੱਜ ਆਵਾਜਾਈ ਵੀ ਠੱਪ ਸੀ। ਇਸ ਪ੍ਰਦਰਸ਼ਨ ਵਿੱਚ ਆਲੇ ਦੁਆਲੇ ਦੀਆਂ ਸੰਗਤਾਂ ਵੀ ਮੌਜੂਦ ਸੀ ਅਤੇ ਰੋਸ ਪ੍ਰਦਰਸ਼ਨ ਨੂੰ ਸ਼ਾਂਤੀਮਈ ਢੰਗ ਨਾਲ ਕੱਢਦਿਆਂ ਸਮੂਹ ਰਵਿਦਾਸ ਭਾਈਚਾਰੇ ਵੱਲੋਂ ਸਰਕਾਰ ਕੋਲੋਂ ਰਵਿਦਾਸ ਮੰਦਰ ਦੀ ਦੁਬਾਰਾ ਉਸਾਰੀ ਦੀ ਮੰਗ ਕੀਤੀ ਅਤੇ ਕਿਹਾ ਕਿ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਦੁਬਾਰਾ ਸਤਿਕਾਰ ਸਹਿਤ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀ ਮੰਗ ਵੱਲ ਧਿਆਨ ਨਹੀਂ ਦੇਵੇਗੀ ਤਾਂ ਸਰਕਾਰ ਨੂੰ ਇਸਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਅੱਜ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰਡ ਪੰਜਾਬ ਦੇ ਸੱਦੇ ਦੇ ਉੱਪਰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਉਸ ਦੇ ਸੰਬੰਧ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਔਰ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਗੁਰਾਇਆਂ ਵਿਖੇ ਇਕੱਠੇ ਹੋ ਕਰਕੇ ਉਹਨਾਂ ਨੇ ਸ਼ਾਂਤਮਈ ਪ੍ਰੋਟੈਸਟ ਜਿਹੜਾ ਉਹ ਕੀਤਾ ਹੈ ਔਰ ਅਸੀਂ ਗੁਰਾਇਆ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਪੂਰਨ ਸਹਿਯੋਗ ਦੇ ਕੇ ਇਸ ਸੰਬੰਧ ਨੂੰ ਸਫਲ ਕੀਤਾ ਔਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਮੰਦਰ ਤੁਗਲਕਾਬਾਦ ਦਿੱਲੀ ਵਿਖੇ ਮੋਦੀ ਸਰਕਾਰ ਵੱਲੋਂ ਢਾਇਆ ਗਿਆ, ਜਿਸ ਮੰਦਰ ਦੀ ਜਾਇਦਾਦ ਮੌਕੇ ਦੇ ਮਹਾਰਾਜਾ ਸਿਕੰਦਰ ਲੋਧੀ ਨੇ ਲਗਭਗ 700 ਕਨਾਲ ਜਿਹਦੀ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਬੋਲਦਾ, ਉਸ ਨੂੰ ਡਿੰਗੇ ਟੇਢੇ ਢੰਗ ਦੇ ਨਾਲ ਸੁਪਰੀਮ ਕੋਰਟ ਤੋਂ ਫੈਸਲਾ ਲੈ ਕੇ DDA ਦੇ ਅਧੀਨ ਕਰ ਦਿੱਤਾ। ਅਸੀਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਇਹ ਮੰਗ ਕਰਦੀਆਂ ਸਰਕਾਰ ਤੋਂ ਕਿ 27 ਕਰੋੜ ਸ਼ੈਡਿਊਲਡ ਕਾਸਟਾਂ ਦੀ ਆਬਾਦੀ ਹੈ, ਜੇ ਸਾਨੂੰ 1 ਰੁਪਈਆ ਦੇਣਾ ਪਵੇ ਤਾਂ ਅਸੀਂ 27 ਕਰੋੜ ਰੁਪਈਆ ਇਕੱਠਾ ਕਰਕੇ ਉਸ ਪ੍ਰਾਪਰਟੀ ਦੀ ਕੀਮਤ ਦੇਣ ਨੂੰ ਤਿਆਰ ਹਾਂ। ਉਹ ਜਿਹੜੀ ਜਗ੍ਹਾ ਆ ਉਹ ਤੁਰੰਤ ਗੁਰੂ ਮਹਾਰਾਜ ਦੇ ਉਪਾਸਕਾਂ ਦੇ ਹਵਾਲੇ ਕੀਤੀ ਜਾਵੇ ਔਰ ਤਾਂ ਕਿ ਉੱਥੇ ਆਲੀਸ਼ਾਨ ਜਿਹੜਾ ਮੰਦਰ ਉਹ ਉਸਾਰੀ ਉਹਦੀ ਕੀਤੀ ਜਾ ਸਕੇ ਔਰ ਜਿਹੜਾ ਮੰਦਰ ਢਾਇਆ ਗਿਆ ਉਹਦੇ ਸੰਬੰਧ ਵਿੱਚ ਮੋਦੀ ਸਰਕਾਰ ਔਰ ਕੇਜਰੀਵਾਲ ਸਰਕਾਰ ਮਾਫ਼ੀ ਮੰਗੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਕੋਲੋਂ ਤਾਂ ਕਿ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਸ਼ਾਂਤ ਹੋਣ ਔਰ ਅੱਜ ਦਾ ਪ੍ਰੋਟੈਸਟ ਇਹ ਸ਼ਾਂਤਮਈ ਰਿਹਾ। ਮੈਂ ਮੀਡੀਆ ਦਾ, ਪ੍ਰਸ਼ਾਸਨਿਕ ਅਧਿਕਾਰੀਆਂ ਦਾ ਔਰ ਖਾਸ ਕਰਕੇ ਗੁਰਾਇਆਂ ਦੇ ਸਮੂਹ ਦੁਕਾਨਦਾਰ ਭਾਈਚਾਰੇ ਦਾ ਜਿਨ੍ਹਾਂ ਨੇ ਪੂਰਨ ਸਹਿਯੋਗ ਦੇ ਕੇ ਇਸ ਮੰਗ ਨੂੰ ਸਫਲ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਪਿਛਲੇ ਦਿਨੀ ਤੁਗਲਕਾਬਾਦ ਦਿੱਲੀ ਦੇ ਵਿੱਚ ਜੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 500 ਸਾਲ ਪੁਰਾਣਾ ਮੰਦਰ ਆ ਜਿਹੜਾ ਉਹ ਢਹਿ ਢੇਰੀ ਕੀਤਾ ਗਿਆ, ਜਿਹਦੇ ਨਾਲ ਸਮੁੱਚੀਆਂ ਜਿਹੜੀਆਂ ਸੰਗਤਾਂ ਆ ਜਿਨ੍ਹਾਂ ਦੀ ਆਸਥਾ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਜਿਨ੍ਹਾਂ ਦੀ ਆਸਥਾ ਹੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਵਿੱਚ, ਉਹਨਾਂ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਆ ਅਤੇ ਸੰਗਤਾਂ ਦੇ ਵਿੱਚ ਇਸ ਪ੍ਰਤੀ ਬਹੁਤ ਵੱਡਾ ਰੋਸ ਆ।
ਅੱਜ ਅਸੀਂ ਵੀ ਸਮੂਹ ਸੰਗਤਾਂ ਦੇ ਨਾਲ ਗ੍ਰਾਂਆਂ ਦੇ ਵਿੱਚ ਜਿਹੜਾ ਰੋਸ ਧਰਨਾ ਦਿੱਤਾ ਜਾ ਰਿਹਾ ਉੱਥੇ ਹਾਜ਼ਰੀ ਲਵਾ ਰਹੇ ਹਾਂ ਸਾਰੇ ਅਤੇ ਭਾਈਚਾਰੇ ਵੱਲੋਂ ਸੰਤ ਸਮਾਜ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਵੀ ਪ੍ਰੋਗਰਾਮ ਜਿਹੜਾ ਦਿੱਤਾ ਜਾਊਗਾ ਉਹਦੇ ਵਿੱਚ ਅਸੀਂ ਪੂਰਾ ਤਨ ਮਨ ਅਤੇ ਧਨ ਦੇ ਨਾਲ ਸਹਿਯੋਗ ਦੇਵਾਂਗੇ ਅਤੇ ਸਾਰੀਆਂ ਸੰਗਤਾਂ ਨੂੰ ਵੀ ਇਹ ਅਪੀਲ ਆ ਕਿ ਜਿਹੜੇ ਸਾਡੇ ਪਵਿੱਤਰ ਮੁਕੱਦਸ ਅਸਥਾਨ ਆ, ਚਾਹੇ ਉਹ ਅਕਾਲ ਤਖਤ ਸਾਹਿਬ ਢਾਇਆ ਗਿਆ ਸੀ, ਚਾਹੇ ਉਹ ਸਿੱਕਮ ਦੇ ਵਿੱਚ ਜਿਹੜਾ ਡਾਂਗਮਾਰ ਗੁਰਦੁਆਰਾ, ਇਸੇ ਤਰ੍ਹਾਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ ਢਾਇਆ ਗਿਆ, ਇੱਕ ਗਿਣੀ ਮਿੱਥੀ ਸ਼ਾਸਿਤ ਤਹਿਤ ਜਿਹੜਾ ਘੱਟ ਗਿਣਤੀਆਂ ਨੂੰ ਦਬਾਉਣ ਦੀ ਇਹ ਪੰਜਾਬ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕੋਸ਼ਿਸ਼ ਹੋ ਰਹੀ ਆ ਉਹਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਘੱਟ ਗਿਣਤੀਆਂ ਦੇ ਨਾਲ ਇਸ ਤਰ੍ਹਾਂ ਦੀ ਇਹ ਧੱਕੇਸ਼ਾਹੀ ਹੁੰਦੀ ਆ ਉਹਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੈ ਗੁਰਦੇਵ, ਧੰਨ ਗੁਰਦੇਵ। ਜੋ ਦਿੱਲੀ ਵਿੱਚ ਰਵਿਦਾਸ ਮਹਾਰਾਜ ਦਾ ਮੰਦਿਰ ਤੋੜਿਆ ਗਿਆ ਹੈ ਉਸ ਸੰਬੰਧ ਵਿੱਚ ਗ੍ਰਹਿ ਸ਼ਹਿਰ ਵਿੱਚ ਐਸੀ ਸਮਾਜ ਇਕੱਠਾ ਹੋ ਕੇ ਧਰਨਾ ਦੇ ਰਿਹਾ ਹੈ। ਮੈਂ ਗ੍ਰਹਿ ਸ਼ਹਿਰ ਦੇ ਦੁਕਾਨਦਾਰਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ 'ਤੇ ਦੁਕਾਨਾਂ ਬੰਦ ਕੀਤੀਆਂ, ਅਤੇ ਮੈਂ ਪੂਰੇ ਐਸੀ ਸਮਾਜ ਨੂੰ ਬੇਨਤੀ ਕਰਦਾ ਹਾਂ ਆਪਾਂ ਇਨਸਾਫ ਲੈਣ ਲਈ ਸੰਘਰਸ਼ ਇੱਦਾਂ ਹੀ ਕਰਾਂਗੇ। ਗ੍ਰਹਿ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ ਸ਼ਹਿਰ ਵਾਸੀਆਂ ਨੇ ਅਤੇ ਪਿੰਡਾਂ ਦੇ ਜੋ ਸਾਡੇ ਸੰਗਤ ਆਈ ਹੈ ਧਾਰਮਿਕ ਗੁਰੂ ਰਵਿਦਾਸ ਮਹਾਰਾਜ ਦੇ ਸੰਬੰਧ ਦੇ ਵਿੱਚ ਜਿਹੜਾ ਕਿ ਦਿੱਲੀ ਵਿਖੇ ਮੰਦਰ ਢਾਇਆ ਗਿਆ ਹੈ ਉਹ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਵਾਸੀਆਂ ਨੇ ਬੜੇ ਹੀ ਸੁਚੱਕੇ ਢੰਗ ਦੇ ਨਾਲ ਸਾਰਿਆਂ ਨੇ ਇਕੱਤਰ ਹੋ ਕੇ ਸ਼ਹਿਰ ਨੂੰ ਪੂਰਨ ਹੰਗਾਰਾ ਬੰਦਾ ਦਿੱਤਾ ਹੈ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਇਹਨਾਂ ਨੇ ਇਸ ਬੰਦੇ ਸੱਦੇ ਉੱਤੇ ਸਾਰੇ ਹੀ ਭਾਈਚਾਰੇ ਨੇ ਔਰ ਦੁਕਾਨਦਾਰਾਂ ਨੇ ਸਾਡਾ ਭਾਈਚਾਰੇ ਦਾ ਸਾਥ ਦਿੱਤਾ ਹੈ। ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ। ਜੋ ਬੋਲੇ ਸੋ ਨਰ ਪੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਪਹਿਲਾਂ ਤਾਂ ਸੰਗਤਾਂ ਨੂੰ ਜੈ ਭੀਮ, ਜੈ ਭਾਰਤ, ਜੈ ਰਵਿਦਾਸ, ਜੈ ਵਾਲਮੀਕੀ। ਸਾਥੀਓ, ਜੋ ਦਿੱਲੀ ਦੇ ਵਿੱਚ ਤੁਗਲਕਾਬਾਦ ਵਿੱਚ ਜਿਹੜਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਇਹਨਾਂ ਨੇ ਗੁਰਦੁਆਰਾ ਸਾਹਿਬ ਢਾਇਆ, ਅੱਜ ਅਸੀਂ ਪੂਰੇ ਆਪਣੇ ਸਮਾਜ ਵੱਲੋਂ, ਵਾਲਮੀਕਿ ਸਮਾਜ ਅਤੇ ਜਿੰਨੇ ਵੀ ਹੋਰ ਸਾਡੇ ਨਾਲ ਸੰਸਥਾਵਾਂ ਨਾਲ, ਉਹਨਾਂ ਵੱਲੋਂ ਬਹੁਤ ਹੀ ਨਿਖਿੱਧੀ ਕਰਦੇ ਹਾਂ। ਜੋ ਮੌਕੇ ਦੀਆਂ ਸਰਕਾਰਾਂ ਨੇ ਇਸ ਉੱਤੇ ਗੌਰ ਨਾ ਕਰਕੇ ਇੱਕ ਬਹੁਤ ਹੀ ਪੁਰਾਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਢਾਇਆ, ਇਹ ਬਹੁਤ ਨਿੰਦਣਯੋਗ ਗੱਲ ਹੈ। ਮੈਂ ਅਪੀਲ ਕਰਦਾ ਸਰਕਾਰਾਂ ਨੂੰ ਕਿ ਉਸ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਬਣਾਇਆ ਜਾਵੇ, ਜਿੱਥੇ ਕਿ ਉਹ ਬਹੁਤ ਹੀ ਪੁਰਾਣਾ ਗੁਰਦੁਆਰਾ ਸਾਹਿਬ ਹੈ। ਉਹ 15ਵੀਂ ਸਦੀ ਦਾ ਸੁਲਤਾਨ ਲੋਧੀ ਨੇ ਇਹ ਗੁਰਦੁਆਰਾ ਸਾਹਿਬ ਨੇ ਜਗ੍ਹਾ ਜਿਹੜੀ ਗੁਰੂਦਾਸ ਮਹਾਰਾਜ ਨੂੰ ਦਿੱਤੀ ਸੀ। ਅੱਜ ਫਿਰ ਮੈਂ ਬੇਨਤੀ ਕਰਾਂਗਾ ਸਰਕਾਰਾਂ ਨੂੰ, ਅਗਰ ਇਹ ਗੁਰਦੁਆਰਾ ਸਾਹਿਬ ਨਾ ਬਣਾਇਆ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਜੈ ਭੀਮ, ਜੈ ਭਾਰਤ।